ਇਹਦੀ ਅਨੰਦਪੁਰ ਸਾਹਿਬ ਤੋਂ ਆ ਰਿਹਾ ਸੀਗਾ ਟਰੱਕ ਅਤੇ ਨੰਗਲ ਸਾਈਡ ਤੋਂ ਆ ਰਹੀ ਸੀ ਗੱਡੀ, ਅਤੇ ਦੋਨਾਂ ਦੀ ਆਪ ਓਵਰਟੇਕ ਕਰਨੇ ਦੇ ਚੱਕਰ ਦੋਨਾਂ ਦੀ ਆਪਸੀ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਜਾਨ ਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ, ਫਿਰ ਵੀ ਆ ਜਿਹੜੇ ਬਠਿੰਡੇ ਤੋਂ ਹੈਗੇ ਨੇ ਆ ਬੰਦੇ ਖੜ੍ਹੇ ਨੇ, ਇਹਨਾਂ ਨੇ ਜਿਹੜਾ ਹੈਗਾ ਇੱਥੇ ਡਰਾਈਵਰ ਟਰੱਕ ਦਾ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ, ਜਿਹਦੀ ਬਹੁਤ ਬੁਰੀ ਹਾਲਤ ਹੈ। ਫਸਟ ਏਡ ਨੂੰ ਦਵਾ ਦਿੱਤੀ ਗਈ ਹੈ, ਪਰ ਇਸ ਟਾਈਮ ਵੀ ਬੰਦੇ ਦੀ ਹਾਲਤ ਗੰਭੀਰ ਹੈ। ਪੁਲਿਸ ਨੂੰ ਇਤਲਾਹ ਕਰਤਾ ਹੋਇਆ, ਉਹ ਮੌਕੇ 'ਤੇ ਪਹੁੰਚਣ ਵਾਲੇ ਨੇ, ਅਤੇ ਫਿਰ ਦੇਖਦੇ ਆ ਕਿ ਕੀ ਕਾਰਵਾਈ ਹੁੰਦੀ ਹੈ। ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ। ਇਸ ਐਕਸੀਡੈਂਟ ਕਰਕੇ ਇੱਥੇ ਘੱਟੋ ਘੱਟ 2 ਕਿਲੋਮੀਟਰ ਦਾ ਜਾਮ ਲੱਗ ਗਿਆ ਸੀਗਾ, ਜੋ ਕਿ ਲੋਕਲ ਮੁੰਡਿਆਂ ਨੇ ਮੋਹਰੇ ਹੋ ਕੇ ਸਾਰਾ ਕਲੀਅਰ ਕਰਵਾ ਦਿੱਤਾ, ਅਤੇ ਹੁਣ ਮੌਕੇ 'ਤੇ ਗੱਡੀ ਆ ਖੜੀ ਹੈ ਅਤੇ ਟਰੱਕ ਉਹ ਖੜਾ ਹੋਇਆ। ਇਹਦੀ ਅਨੰਦਪੁਰ ਸਾਹਿਬ ਤੋਂ ਆ ਰਿਹਾ ਸੀਗਾ ਟਰੱਕ ਅਤੇ ਨੰਗਲ ਸਾਈਡ ਤੋਂ ਆ ਰਹੀ ਸੀ ਗੱਡੀ, ਅਤੇ ਦੋਨਾਂ ਦੀ ਆਪ ਓਵਰਟੇਕ ਕਰਨੇ ਦੇ ਚੱਕਰ ਦੋਨਾਂ ਦੀ ਆਪਸੀ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਜਾਨ ਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ, ਫਿਰ ਵੀ ਆ ਜਿਹੜੇ ਬਠਿੰਡੇ ਤੋਂ ਹੈਗੇ ਨੇ ਆ ਬੰਦੇ ਖੜ੍ਹੇ ਨੇ, ਇਹਨਾਂ ਨੇ ਜਿਹੜਾ ਹੈਗਾ ਇੱਥੇ ਡਰਾਈਵਰ ਟਰੱਕ ਦਾ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ, ਜਿਹਦੀ ਬਹੁਤ ਬੁਰੀ ਹਾਲਤ ਹੈ। ਫਸਟ ਏਡ ਨੂੰ ਦਵਾ ਦਿੱਤੀ ਗਈ ਹੈ, ਪਰ ਇਸ ਟਾਈਮ ਵੀ ਬੰਦੇ ਦੀ ਹਾਲਤ ਗੰਭੀਰ ਹੈ। ਪੁਲਿਸ ਨੂੰ ਇਤਲਾਹ ਕਰਤਾ ਹੋਇਆ, ਉਹ ਮੌਕੇ 'ਤੇ ਪਹੁੰਚਣ ਵਾਲੇ ਨੇ, ਅਤੇ ਫਿਰ ਦੇਖਦੇ ਆ ਕਿ ਕੀ ਕਾਰਵਾਈ ਹੁੰਦੀ ਹੈ। ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ। ਇਸ ਐਕਸੀਡੈਂਟ ਕਰਕੇ ਇੱਥੇ ਘੱਟੋ ਘੱਟ 2 ਕਿਲੋਮੀਟਰ ਦਾ ਜਾਮ ਲੱਗ ਗਿਆ ਸੀਗਾ, ਜੋ ਕਿ ਲੋਕਲ ਮੁੰਡਿਆਂ ਨੇ ਮੋਹਰੇ ਹੋ ਕੇ ਸਾਰਾ ਕਲੀਅਰ ਕਰਵਾ ਦਿੱਤਾ, ਅਤੇ ਹੁਣ ਮੌਕੇ 'ਤੇ ਗੱਡੀ ਆ ਖੜੀ ਹੈ ਅਤੇ ਟਰੱਕ ਉਹ ਖੜਾ ਹੋਇਆ। ਇਹ ਤਾਂ ਵੈਸੇ ਗੱਡੀ ਇੰਨੀ ਫਾਸਟ ਸਾਡੀ ਵੀ ਸੀ, ਇਹਨੇ ਗੱਡੀ ਬਣੀ ਸਿੱਧੀ ਕਰਤੀ ਮੂਰੇ ਯਾਰ। ਉਹ ਮੁੰਡੇ ਤਾਂ ਇੱਕੇ ਤਾਂ ਵੱਟ ਦੀ ਥਾਂ 'ਤੇ ਸੀ ਚਲਾਈ ਤੈਨੂੰ ਲੈ। ਕਿੰਨੇ ਜਣੇ ਸੀ ਗੱਡੀ 'ਚ? 2 ਜਣੇ ਸੀਗੇ। ਇਹਦੀ ਅਨੰਦਪੁਰ ਸਾਹਿਬ ਤੋਂ ਆ ਰਿਹਾ ਸੀਗਾ ਟਰੱਕ ਅਤੇ ਨੰਗਲ ਸਾਈਡ ਤੋਂ ਆ ਰਹੀ ਸੀ ਗੱਡੀ, ਅਤੇ ਦੋਨਾਂ ਦੀ ਆਪ ਓਵਰਟੇਕ ਕਰਨੇ ਦੇ ਚੱਕਰ ਦੋਨਾਂ ਦੀ ਆਪਸੀ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਜਾਨ ਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ, ਫਿਰ ਵੀ ਆ ਜਿਹੜੇ ਬਠਿੰਡੇ ਤੋਂ ਹੈਗੇ ਨੇ ਆ ਬੰਦੇ ਖੜ੍ਹੇ ਨੇ, ਇਹਨਾਂ ਨੇ ਜਿਹੜਾ ਹੈਗਾ ਇੱਥੇ ਡਰਾਈਵਰ ਟਰੱਕ ਦਾ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ, ਜਿਹਦੀ ਬਹੁਤ ਬੁਰੀ ਹਾਲਤ ਹੈ। ਫਸਟ ਏਡ ਨੂੰ ਦਵਾ ਦਿੱਤੀ ਗਈ ਹੈ, ਪਰ ਇਸ ਟਾਈਮ ਵੀ ਬੰਦੇ ਦੀ ਹਾਲਤ ਗੰਭੀਰ ਹੈ। ਪੁਲਿਸ ਨੂੰ ਇਤਲਾਹ ਕਰਤਾ ਹੋਇਆ, ਉਹ ਮੌਕੇ 'ਤੇ ਪਹੁੰਚਣ ਵਾਲੇ ਨੇ, ਅਤੇ ਫਿਰ ਦੇਖਦੇ ਆ ਕਿ ਕੀ ਕਾਰਵਾਈ ਹੁੰਦੀ ਹੈ। ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ। ਇਸ ਐਕਸੀਡੈਂਟ ਕਰਕੇ ਇੱਥੇ ਘੱਟੋ ਘੱਟ 2 ਕਿਲੋਮੀਟਰ ਦਾ ਜਾਮ ਲੱਗ ਗਿਆ ਸੀਗਾ, ਜੋ ਕਿ ਲੋਕਲ ਮੁੰਡਿਆਂ ਨੇ ਮੋਹਰੇ ਹੋ ਕੇ ਸਾਰਾ ਕਲੀਅਰ ਕਰਵਾ ਦਿੱਤਾ, ਅਤੇ ਹੁਣ ਮੌਕੇ 'ਤੇ ਗੱਡੀ ਆ ਖੜੀ ਹੈ ਅਤੇ ਟਰੱਕ ਉਹ ਖੜਾ ਹੋਇਆ। ਇਹ ਤਾਂ ਵੈਸੇ ਗੱਡੀ ਇੰਨੀ ਫਾਸਟ ਸਾਡੀ ਵੀ ਸੀ, ਇਹਨੇ ਗੱਡੀ ਬਣੀ ਸਿੱਧੀ ਕਰਤੀ ਮੂਰੇ ਯਾਰ। ਉਹ ਮੁੰਡੇ ਤਾਂ ਇੱਕੇ ਤਾਂ ਵੱਟ ਦੀ ਥਾਂ 'ਤੇ ਸੀ ਚਲਾਈ ਤੈਨੂੰ ਲੈ। ਕਿੰਨੇ ਜਣੇ ਸੀ ਗੱਡੀ 'ਚ? 2 ਜਣੇ ਸੀਗੇ। ਜਿੰਨੀ ਕੁ ਵੱਜੀ ਉਹਨਾਂ ਦਾ ਆਪਾਂ ਦੇਖ ਲੈਂਦੇ, ਉਹ ਤਾਂ ਸਾਨੂੰ ਏਦਾਂ ਹੋਣੀ, ਚੱਲ ਜਲਦਬਾਜ਼ੀ ਅਸੀਂ ਵੀ ਭੇਜਤਾ ਉਹਨਾਂ ਨੂੰ।